ਕਹਿ ਰਿਹਾ ਮੈਂ ਮਰਨਾ ਜ਼ਰੂਰੀ ਹੈ। ਅਗਰ ਅਸੀਂ ਰੀਅਲੀ ਉਹਦੀ ਪ੍ਰੈਜੈਂਸ ਨਾ ਭਰਨਾ ਚਾਹੁੰਦੇ ਸਾਨੂੰ ਮਰਨਾ ਪਵੇਗਾ। ਹਾਲੇਲੂਇਆ। ਅਗਰ ਤੁਸੀਂ ਯੰਗ ਆ ਤੁਸੀਂ ਲੱਭਣਾ ਹੈ ਕਿ ਕਿਤੇ ਬਾਡੀ ਦੀ ਅਭਿਲਾਸ਼ਾ ਤਾਂ ਨਹੀਂ ਗਈ ਮੇਰੇ ਅੰਦਰੋਂ ਹੈਵੀ ਹੋ ਰਹੀ। ਸਾਨੂੰ ਪਤਾ ਲੱਗ ਜਾਂਦਾ ਸਮ ਟਾਈਮ ਕਿ ਮੇਰੀ ਬਾਡੀ ਦੀ ਅਭਿਲਾਸ਼ਾ ਵਾ। ਹਾਲੇਲੂਇਆ। ਕਈ ਵਾਰ ਅਸੀਂ ਚਰਚ 'ਚ ਵੀ ਆ ਰਹੇ ਹੁੰਦੇ ਸਾਨੂੰ ਪਤਾ ਲੱਗ ਜਾਂਦਾ ਵਾ ਕਿ ਹਾਲੇ ਵੀ ਬਾਡੀ ਦੀ ਅਭਿਲਾਸ਼ਾ ਮੇਰੇ ਅੰਦਰ ਆ। ਹਾਲੇ ਵੀ ਜਦੋਂ ਮੈਂ ਕਿਸੇ ਬ੍ਰਦਰ ਨੂੰ ਕਿਸੇ ਲੜਕੀ ਨੂੰ ਸਿਸਟਰ ਵੀ ਕਹਿ ਕੇ ਬੁਲਾ ਰਿਹਾ ਤਾਂ ਵੀ ਮੇਰੇ ਅੰਦਰ ਅਟਰੈਕਸ਼ਨ ਬਾਡੀ ਦੀ ਆ। ਕਿਤੇ ਨਾ ਕਿਤੇ ਮੇਰੇ ਅੰਦਰ ਬਾਡੀ ਦੀਆਂ ਅਭਿਲਾਸ਼ਾਵਾਂ ਵਾ। ਅਤੇ ਯਾਦ ਰੱਖਣਾ ਜਦੋਂ ਤੁਹਾਡੇ 'ਤੇ ਜ਼ਾਹਰ ਹੁੰਦਾ ਉਦੋਂ ਤੁਸੀਂ ਮਰਨਾ ਵਾ, ਮਾਰਦੇ ਜਾਣਾ ਆਪਣੇ ਆਪ ਨੂੰ। ਅਤੇ ਜਦੋਂ ਤੁਸੀਂ ਮਾਰਦੇ ਜਾਓਗੇ ਉਹਦੀ ਉਪਸਥਿਤੀ ਗਹਿਰੀ ਹੁੰਦੀ ਜਾਊਗੀ ਤੁਹਾਡੀ ਲਾਈਫ 'ਤੇ। ਸੁਣ ਰਹੇ ਸਾਰੇ, ਤੁਸੀਂ ਇਹੋ ਜਿਹਾ ਕੋਈ ਨਹੀਂ ਜਿਹੜਾ ਉਹਨਾਂ ਸਹੀ ਰੀਤੀ ਨਾਲ ਚੱਲਣਾ ਚਾਹੇ ਅਤੇ ਇਨਕਾਰ ਕਰੇ ਜਦੋਂ ਖੁਦਾ ਉੱਤੇ ਕੁਛ ਜ਼ਾਹਰ ਕਰੇ। ਸੁਣ ਰਹੇ ਸਾਰੇ, ਇਹੋ ਜਿਹਾ ਕੋਈ ਨਹੀਂ ਜਿਹੜਾ ਉਹਦੇ ਨਾਲ ਸੱਚੀ ਚੱਲਣਾ ਚਾਹੇ ਉਹਦੀ ਉਪਸਥਿਤੀ ਦੇ ਨਾਲ, ਔਰ ਜਦੋਂ ਖੁਦਾ ਉੱਤੇ ਜ਼ਾਹਰ ਕਰੇ ਕੁਛ ਅਤੇ ਉਹਦਾ ਇਨਕਾਰ ਕਰੇ।